ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਦੀ ਨਵੀਂ ਅਪਡੇਟ ਮਿਡ ਡੇ ਮੀਲ ਸੰਬੰਧੀ ਵੱਡੀ ਖਬਰ, ਨਵਾਂ ਨੋਟਿਸ ਜਾਰੀ, ਸਾਰੇ ਸਕੂਲਾਂ ਲਈ ਨਵੀਆਂ ਹਦਾਇਤਾਂ ਜਾਰੀ, ਵਿਦਿਆਰਥੀਆਂ ਦੀ ਸਿਹਤ ਨੂੰ ਪਹਿਲ ਦੇ ਆਧਾਰ 'ਤੇ ਰੱਖਦੇ ਹੋਏ ਸਰਕਾਰ ਵੱਲੋਂ ਵੱਡਾ ਫੈਸਲਾ, ਕਿਹਾ ਪੂਰੀ ਅਪਡੇਟ ਆਓ ਜਾਣਦੇ ਹਾਂ ਅੱਜ ਦੀ ਇਸ ਵੀਡੀਓ ਦੁਆਰਾ। ਉਸ ਤੋਂ ਪਹਿਲਾਂ ਚੈਨਲ 'ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਤਾਜ਼ੀ ਨੌਕਰੀ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ। ਔਰ ਅੱਜ ਦੀ ਅਪਡੇਟ ਮਿਡ ਡੇ ਮੀਲ ਦੇ ਸੰਬੰਧ ਵਿੱਚ ਹੈ ਤਾਂ ਕੀ ਹੈ ਪੂਰੀ ਖਬਰ ਆਪਾਂ ਦੇਖਦੇ ਹਾਂ ਇਸ ਵੀਡੀਓ ਦੁਆਰਾ। ਪੰਜਾਬ ਸਟੇਟ ਮਿਡ ਡੇ ਮੀਲ ਸੁਸਾਇਟੀ ਵੱਲੋਂ ਜੋ ਨਵਾਂ ਨੋਟਿਸ ਜਾਰੀ ਕੀਤਾ ਗਿਆ, ਸਮੂਹ ਜ਼ਿਲ੍ਹਾ ਸਿੱਖਿਆ ਅਫਸਰ ਏਐਸ ਪੰਜਾਬ, ਜਿਸ ਦੇ ਵਿੱਚ ਹਫ਼ਤਾਵਾਰੀ ਮੀਨੂ ਦੇ ਸੰਬੰਧ ਵਿੱਚ ਨਵੇਂ ਨੋਟਿਸ ਜਾਰੀ ਕੀਤਾ ਗਿਆ। ਉਪਰੋਕਤ ਵਿਸ਼ੇ ਸੰਬੰਧੀ ਇਸ ਦਫ਼ਤਰ ਦੇ ਪੱਤਰ ਨੰਬਰ ਤੁਸੀਂ ਦੇਖ ਸਕਦੇ ਹੋ, ਮਿਤੀ 2022 ਰਾਹੀਂ ਮਿਤੀ 2023 ਨੂੰ ਅਲੱਗ ਅਲੱਗ ਜੋ ਪੱਤਰ ਹੈ ਉਹ ਜਾਰੀ ਕੀਤੇ ਗਿਆ। ਇਸ ਦੇ ਵਿੱਚ ਆਪ ਨੂੰ ਹਦਾਇਤ ਕੀਤਾ ਜਾਂਦਾ ਕਿ ਨੱਥੀ ਮੀਨੂ ਅਨੁਸਾਰ ਸਕੂਲੀ ਵਿਦਿਆਰਥੀਆਂ ਨੂੰ ਕਰਤਾਰ ਵਿੱਚ ਬਿਠਾ ਕੇ ਮਿਡ ਡੇ ਮੀਲ ਇੰਚਾਰਜ ਦੀ ਨਿਗਰਾਨੀ ਹੇਠ ਦੁਪਹਿਰ ਦਾ ਭੋਜਨ ਖਵਾਉਣਾ ਯਕੀਨੀ ਬਣਾਇਆ ਜਾਵੇ। ਇਹ ਮੀਨੂ ਮਿਤੀ 1/7/2024 ਤੋਂ 31/7/2024 ਤੱਕ ਲਾਗੂ ਰਹੇਗਾ। ਉਕਤ ਹਦਾਇਤਾਂ ਦੀ ਇੰਨ ਬਿੰਨ ਕਰਨੀ ਯਕੀਨੀ ਬਣਾਈ ਜਾਵੇ। ਇਸ ਦੇ ਨਾਲ ਨਿੱਜੀ ਸਕੱਤਰ ਟੂ ਸਿੱਖਿਆ ਮੰਤਰੀ ਪੰਜਾਬ, ਨਿੱਜੀ ਸਕੱਤਰ ਟੂ ਸਕੱਤਰ ਸਕੂਲ ਸਿੱਖਿਆ ਪੰਜਾਬ, PA2 ਡਾਇਰੈਕਟਰ ਜਨਰਲ ਸਕੂਲ ਸਿੱਖਿਆ, ਔਰ ਇਸ ਦੇ ਨਾਲ ਅਲੱਗ ਅਲੱਗ ਜੋ ਸਰਕਾਰੀ ਅਧਿਕਾਰੀ ਨੇ ਜਿਨ੍ਹਾਂ ਨੇ ਇਸ ਨੋਟੀਫਿਕੇਸ਼ਨ ਉੱਪਰ ਆਪਣੇ ਸਿਗਨੇਚਰ ਕੀਤੇ ਆ, ਅਤੇ ਇਸ ਦੇ ਨਾਲ ਜੋ ਨਵਾਂ ਮਿਡ ਡੇ ਮੀਲ ਮੀਨੂ ਸ਼ੇਅਰ ਕੀਤਾ ਆ ਤਾਂ ਇਹ ਹਫ਼ਤੇ ਦਾ ਮੀਨੂ ਸ਼ੇਅਰ ਕੀਤਾ ਗਿਆ ਕਿ ਜਿਸ ਤਰੀਕੇ ਸਕੂਲਾਂ ਦੇ ਵਿੱਚ ਮਿਡ ਡੇ ਮੀਲ ਵੰਡਿਆ ਜਾਏਗਾ। ਮਿਡ ਡੇ ਮੀਲ ਦਾ ਮੀਨੂ ਸੋਮਵਾਰ ਦਾਲ ਮੌਸਮੀ ਸਬਜ਼ੀ ਮਿਲਾ ਕੇ ਅਤੇ ਰੋਟੀ, ਮੰਗਲਵਾਰ ਰਾਜਮਾਂਹ ਅਤੇ ਚਾਵਲ, ਬੁੱਧਵਾਰ ਕਾਲੇ ਚਨੇ ਚਿੱਟੇ ਚਨੇ ਆਲੂ ਮਿਲਾ ਕੇ ਅਤੇ ਪੂਰੀ ਜਾਂ ਫਿਰ ਰੋਟੀ, ਇਸ ਤੋਂ ਇਲਾਵਾ ਵੀਰਵਾਰ ਕੜੀ ਆਲੂ ਅਤੇ ਪਿਆਜ਼ ਦੇ ਪਕੌੜੇ ਸਮੇਤ ਅਤੇ ਚਾਵਲ, ਯਾਨੀ ਕਿ ਕੜੀ ਚੌਲ ਵੀਰਵਾਰ ਦੇ ਲਈ, ਸ਼ੁੱਕਰਵਾਰ ਮੌਸਮੀ ਸਬਜ਼ੀ ਅਤੇ ਰੋਟੀ, ਸ਼ਨੀਵਾਰ ਮਾਂ ਛੋਲਿਆਂ ਦੀ ਦਾਲ ਅਤੇ ਚਾਵਲ ਅਤੇ ਮੌਸਮੀ ਫਲ ਜੋ ਕਿ ਹਰ ਸ਼ਨੀਵਾਰ ਨੂੰ ਦਿੱਤਾ ਜਾਵੇਗਾ। ਸਕੂਲਾਂ ਵਿੱਚ ਹਫ਼ਤੇ ਦੌਰਾਨ ਕਿਸੇ ਵੀ ਦਿਨ ਮਿਡ ਡੇ ਮੀਲ ਦੇ ਖਾਣੇ ਨਾਲ ਸਵੀਟ ਡਿਸ਼ ਦੇ ਤੌਰ 'ਤੇ ਖੀਰ ਦਿੱਤੀ ਜਾਂਦੀ ਹੈ, ਯਾਨੀ ਕਿ ਹਫ਼ਤੇ ਵਿੱਚ ਇੱਕ ਵਾਰ ਖੀਰ ਦਿੱਤੀ ਜਾਵੇਗੀ। ਉਹ ਕਿਸੇ ਵੀ ਇੱਕ ਦਿਨ ਤੈਅ ਕਰ ਸਕਦੇ ਆ ਸਕੂਲ ਵਾਲੇ। ਤਾਂ ਇਹ ਸੀ ਜੋ ਸਕੂਲ ਦਾ ਮੀਨੂ ਨਵਾਂ ਸ਼ੇਅਰ ਕੀਤਾ ਗਿਆ ਮਿਡ ਡੇ ਮੀਲ ਸੁਸਾਇਟੀ ਵੱਲੋਂ। ਇਸ ਤੋਂ ਇਲਾਵਾ ਅਗਰ ਤੁਹਾਡੇ ਸਕੂਲਾਂ ਦੇ ਵਿੱਚ ਤੁਹਾਡੇ ਬੱਚਿਆਂ ਨੂੰ ਇਹ ਸਭ ਨਹੀਂ ਦਿੱਤਾ ਜਾ ਰਿਹਾ ਤਾਂ ਤੁਸੀਂ ਇਸ ਚੀਜ਼ ਦੀ ਕੰਪਲੇਨ ਸਿੱਖਿਆ ਦਫ਼ਤਰ ਵਿੱਚ ਕਰ ਸਕਦੇ ਹੋ ਅਤੇ ਉਸ ਦੀ ਪੂਰੀ ਇਨਕੁਆਇਰੀ ਕੀਤੀ ਜਾਵੇਗੀ। ਹੋਰ ਨਵੀਆਂ ਅਪਡੇਟਸ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।